ਤੇਰੀ ਸੌ ਲੱਗੇ ਮੈਨੂੰ ਚੰਨ ਮੱਖਣਾ ਦਿਲ ਤੇਰੇਆਂ ਰੰਗਾ ਚ ਮੈਂ ਰੰਗਾ ਲਿਆ ਤੇਰੀ ਸੌ ਲੱਗੇ ਮੈਨੂੰ ਚੰਨ ਮੱਖਣਾ ਦਿਲ ਤੇਰੇਆਂ ਰੰਗਾ ਚ ਮੈਂ ਰੰਗਾ ਲਿਆ ਰੰਗ ਗੱਲਾਂ ਦਾ ਗੁਲਾਬ ਰਹਿਣ ਲੱਗਿਆ ਰੰਗ ਗੱਲਾਂ ਦਾ ਗੁਲਾਬ ਰਹਿਣ ਲੱਗਿਆ ਦਿਲ ਤੇਰੇ ਨਾਲ ਜਦੋਂ ਦਵਟਾ ਲਿਆ ਕਲਾ ਦਾ ਲੋਹਾ ਮਨਵਾ ਚੁਕੀ ਹੈ ਇਹ ਕੁੜੀ ਕੌਣ ਹੈ ਅਸੀਂ ਤੁਹਾਨੂੰ ਉਸਦੇ ਨਾਲ ਮਿਲਵਾਉਣੇ ਆ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੇ ਤੇਰੀ ਮੇਰੇ ਉੱਤੇ ਅੜ ਗਈ ਗਰਾਰੀ ਹੋ ਦਿਲ ਮੈਂ ਵੀ ਤੇਰੇ ਤੋਂ ਹਾਰ ਤੂੰ ਬੜਾ ਹੀ ਸੁਨੱਖਾ ਲੱਗਦਾ ਹੈ ਤੂੰ ਬੜਾ ਹੀ ਸੁਨੱਖਾ ਲੱਗਦਾ ਹੈ ਲੱਗ ਗਈ ਲੱਗੇ ਇਸ਼ਕ ਬਿਮਾਰੀ ਤੂੰ ਥਾਰ ਜੇ ਪਥੱਲੇ ਰੱਖਦਾ ਹੈ ਤੂੰ ਥਾਰ ਜੇ ਪਥੱਲੇ ਰੱਖਦਾ ਹੈ ਰੋਗ ਬੱਕਰਾ ਤੇਰੇ ਮੁੱਛ ਰੱਖੇ ਚਾੜੀ ਹੋ ਜੱਟੀ ਤੇਰੇ ਉੱਤੇ ਮਰ ਗਈ ਉੱਤੇ ਮਰ ਗਈ ਉੱਤੇ ਮਰ ਗਈ ਮੇਰੇ ਨਾਲ ਕਿਤੇ ਕਰ ਜੇ ਨਾ ਮਾੜੀ ਹ ਜੱਟੀ ਤੇ ਤੇ ਉੱਤੇ ਮਾਰਗੀ ਮੇਰੇ ਨਾਲ ਕਿਤੇ ਕਰ ਜੇ ਨਾ ਮਾੜੀ ਹ ਜੱਟੀ ਤੇ ਤੇ ਉੱਤੇ ਮਾਰਗੀ ਓ ਮੇਰੇ ਨਾਲ ਕਿਤੇ ਕਰ ਜੇ ਨਾ ਮਾੜੀ ਹ ਜੱਟੀ ਤੇ ਤੇ ਉੱਤੇ ਮਾਰਗੀ ਹੁਣ ਤੱਕ 1 ਤੋਂ 8 ਗੀਤ ਮੇਰੇ ਆ ਚੁੱਕੇ ਨੇ ਹਾਂਜੀ ਪੰਜਾਬੀ ਸੋ ਜਿਨ੍ਹਾਂ ਵਿੱਚੋਂ ਕੁਝ ਡਿਊਟ ਨੇ ਕੁਝ ਸਿੰਗਲ ਟਰੈਕਸ ਨੇ ਵਾਹ ਬਹੁਤ ਪਿਆਰਾ ਬਹੁਤ ਸੋਨਾ ਗਾਉਂਦੇ ਹੋ ਤੁਸੀਂ ਔਰ ਤੁਹਾਡੀ ਆਵਾਜ਼ ਦੇ ਵਿੱਚ ਇੱਕ ਕشش ਹੈ ਜੋ ਅਟਰੈਕਟ ਕਰਦੀ ਹੈ ਕਿ ਤੁਹਾਡੀ ਆਵਾਜ਼ ਨੂੰ ਸੁਣੀਏ ਸੋ 4th ਕਲਾਸ ਤੋਂ ਇਹ ਮਤਲਬ ਜਿਹੜਾ ਸਿਲਸਿਲਾ ਹੈ ਹੁਣ ਤੱਕ ਚੱਲ ਰਿਹਾ ਬਟ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਫਿਰ ਮੈਂ ਆਡੀਸ਼ਨਸ ਦੇਣੇ ਸਟਾਰਟ ਕੀਤੇ ਸੋ ਵਾਇਸ ਆਫ ਪੰਜਾਬ ਪੀ.ਟੀ.ਸੀ ਪੰਜਾਬੀ ਤੇ ਵੀ ਮੈਂ ਸੈਮੀ ਫਾਈਨਲਿਸਟ ਰਹਿ ਚੁੱਕੀ ਹਾਂ ਮੈਂ ਕੋਈ ਇੱਕ ਗੁਰੂ ਨਹੀਂ ਧਾਰਿਆ ਜਿਵੇਂ ਕਹਿ ਸਕਦੇ ਆ ਕਿ ਇਕੱਠੇ ਕੀਤੇ ਨੇ ਫੁੱਲ ਔਰ ਫੁੱਲਾਂ ਨੂੰ ਇਕੱਠਾ ਕਰਕੇ ਇੱਕ ਗੁਲਦਸਤਾ ਤਿਆਰ ਕੀਤਾ ਕਹਿ ਸਕਦੇ ਆ ਕਿ ਕਿਸੇ ਤੋਂ ਗੁਣ ਲਿਆ ਕਿਸੇ ਅਧਿਆਪਕ ਤੋਂ ਗੁਣ ਲਿਆ ਬਟ ਮੂਵੀਜ਼ ਦਾ ਹਜੇ ਕੋਈ ਆਫਰ ਨਹੀਂ ਆਇਆ ਬਟ ਐਕਚੁਅਲ ਚ ਮੇਰਾ ਜਿਹੜਾ ਸੁਪਨਾ ਆ ਉਹ ਇਹੀ ਆ ਕਿ ਮੈਂ ਬੈਕਗ੍ਰਾਉਂਡ ਜ਼ਿਆਦਾ ਗਾਵਾ ਮੂਵੀਜ਼ ਦੇ ਵਿੱਚ ਗਾਉਂ। ਇੱਕ ਸੋਹੋ ਸੁਪਨਾ ਪੂਰਾ ਹੋ ਗਏ। ਹੋ ਜਾਂਦਾ ਜਦ ਰੋੜੀ ਉੱਤੇ ਪੈਂਦੀ ਬੜੀ ਧੂੜ ਚਾਵੇ ਦੁੱਗ-ਦੁੱਗ ਦੀ ਆਵਾਜ਼ ਬੜੀ ਦੂਰ। ਜਾਂਦਾ ਜਦ ਰੋੜੀ ਉੱਤੇ ਪੈਂਦੀ ਬੜੀ ਧੂੜ ਚਾਵੇ ਦੁੱਗ-ਦੁੱਗ ਦੀ ਆਵਾਜ਼ ਬੜੀ ਦੂਰ। ਸੱਚ ਕਹਿ ਤਾ ਭਾਵੇਂ ਸਮਝ ਲੈ ਤਾ ਨਾ ਚੁਭਰਾ। ਰੇ ਕੋਲਿਆ ਬੁਲਟ ਇਹਨੂੰ ਕੌਣ ਪੁੱਛਦਾ ਵਿਕਾਰਾਂ ਮਹਿੰਗੀਆਂ ਦਾ ਆ ਗਿਆ ਜ਼ਮਾਨਾ ਚੋਬਰਾ ਕੋਲਿਆ ਬੁਲਟ ਇਹਨੂੰ ਕੌਣ ਪੁੱਛਦਾ ਵਿਕਾਰਾਂ ਮਹਿੰਗੀਆਂ ਦਾ ਆ ਗਿਆ ਜ਼ਮਾਨਾ ਚੋਬਰਾ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਮੀਤ ਗਉਣਾ ਇੱਕ ਕਲਾ ਹੈ ਤੇ ਹਰ ਕੋਈ ਗਾ ਨਹੀਂ ਸਕਦਾ ਤੇ ਅੱਜ ਕੱਲ ਚੰਗੀ ਗਾਇਕੀ ਕਰਨ ਵਾਲੇ ਬਹੁਤ ਘੱਟ ਨੇ ਪਰ ਮਾਨਸਾ ਦੀ ਕੁੜੀ ਹੈ ਜੋ ਪਾ ਕਮਾਲ ਗਾਉਂਦੀ ਹੈ ਤੇ ਉਸ ਦੀ ਆਵਾਜ਼ ਇੰਨੀ ਮਿੱਠੀ ਹੈ ਕਿ ਦਿਲ ਕਰਦਾ ਹੈ ਕਿ ਸੁਣੀ ਚਾਹੀਏ ਸੋਲੋ ਗਾਇਕੀ ਦੇ ਨਾਲ ਨਾਲ ਡੁਇਟ ਵੀ ਕਰ ਚੁੱਕੀ ਹੈ ਇੰਦਰਜੀਤ ਨਿੱਕੂ ਸ੍ਰਿੰਦਰ ਸੈਣੀ ਦੇ ਨਾਲ ਡੁਇਟ ਗਾਇਕੀ ਕੀਤੀ ਹੈ ਤੇ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ ਇਹ ਕੁੜੀ ਕੌਣ ਹੈ ਅਸੀਂ ਤੁਹਾਨੂੰ ਮਨਾਉਣੇ ਆ ਅਸੀਂ ਤੁਹਾਨੂੰ ਉਸਦੇ ਨਾਲ ਮਿਲਵਾਉਣੇ ਆ ਸਵਾਗਤ ਹੈ ਪ੍ਰੀਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਵੈਲਕਮ ਸਭ ਤੋਂ ਪਹਿਲਾ ਸਵਾਲ ਇਹ ਕਿ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਪੂਰਾ ਨਾਮ ਜੀ ਅਮਰਪ੍ਰੀਤ ਕੌਰ ਹੈ ਹਾਂਜੀ ਬਟ ਸ਼ਾਰਟਸ ਪ੍ਰੀਤ ਕੌਰ ਪ੍ਰੀਤ ਕੌਰ ਫਿਰ ਕਿਵੇਂ ਹੋਇਆ ਕਿਸੇ ਨੇ ਰੱਖਿਆ ਜਾਂ ਸਿੰਗਿੰਗ ਦੇ ਚੱਲਦੇ ਤੁਸੀਂ ਸ਼ਾਰਟ ਕਰ ਲਿਆ ਹਾਂਜੀ ਐਕਚੁਅਲੀ ਨਾ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਮਰਪ੍ਰੀਤਕੌਰ ਨੂੰ ਅਮਨ ਕਹਿ ਦਿੰਦੇ ਨੇ ਸੋ ਦੈਟਸ ਵਾਈ ਅਮਨ ਨੂੰ ਕੱਟ ਕੇ ਸਿਰਫ ਪ੍ਰੀਤਕੌਰ ਰਹਿਣ ਦਿੱਤਾ ਵੈਸੇ ਮੈਨੂੰ ਆਪਣੇ ਨਾਮ ਨਾਲ ਬਹੁਤ ਪਿਆਰਾ ਹੈ ਅਮਰਪ੍ਰੀਤਕੌਰ ਕਿਉਂਕਿ ਮੇਰੇ ਮੰਮਾ ਨੇ ਬਹੁਤ ਪਿਆਰ ਨਾਲ ਰੱਖਿਆ ਬਟ ਅਮਰ ਦਾ ਅਮਨ ਕਰ ਦਿੰਦੇ ਨੇ ਲੋਕ ਦੈਟਸ ਵਾਈ ਪ੍ਰੀਤਕੌਰ ਰੱਖ ਲਿਆ ਤੁਸੀਂ ਬੜਾ ਪਿਆਰਾ ਗਾਉਂਦੇ ਹੋ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਗੀਤ ਸੁਨੇ ਨੇ ਬਹੁਤ ਪਿਆਰੀ ਤੁਹਾਡੀ ਆਵਾਜ਼ ਹੈ ਤੇ ਹੁਣ ਤੱਕ ਤੁਸੀਂ ਕਿੰਨੇ ਗੀਤ ਗਾ ਚੁੱਕੇ ਹੋ ਹੁਣ ਤੱਕ 7 ਤੋਂ 8 ਗੀਤ ਮੇਰੇ ਆ ਚੁੱਕੇ ਨੇ ਹਾਂਜੀ ਪੰਜਾਬੀ ਸੋ ਜਿਨ੍ਹਾਂ ਵਿੱਚੋਂ ਕੁਝ ਡਿਊਟ ਨੇ ਕੁਝ ਸਿੰਗਲ ਟਰੈਕਸ ਨੇ ਕੋਈ ਗੀਤ ਸਾਨੂੰ ਸੁਣਾਓ ਹਾਂਜੀ ਬਿਲਕੁਲ ਆਪਣਾ ਹੀ ਸੁਣਾਵਾਂ ਮੈਂ 인ਦਰਜੀਤ ਨਿੱਕੂ ਜੀ ਨਾਲ ਆਇਆ ਜਿਹੜਾ ਗੀਤ ਮੇਰਾ ਤੇਰੇ ਸੌ ਲੱਗੇ ਮੈਨੂੰ ਚੰਨ ਮੱਖਣਾ ਦਿਲ ਤੇਰੇਆਂ ਰੰਗਾਂ ਚ ਮੈਂ ਰੰਗਾਲਿਆ ਤੇਰੀਆਂ ਲੱਗੇ ਮੈਨੂੰ ਚੰਨ ਮੱਖਣਾ ਦਿਲ ਤੇਰੇਆਂ ਰੰਗਾਂ ਚ ਮੈਂ ਰੰਗ ਆ ਲਿਆ ਰੰਗ ਗੱਲਾਂ ਦਾ ਗੁਲਾਬੀ ਰਹਿਣ ਲੱਗਿਆ ਰੰਗ ਗੱਲਾਂ ਦਾ ਗੁਲਾਬੀ ਰਹਿਣ ਲੱਗਿਆ ਦਿਲ ਤੇਰੇ ਨਾਲ ਜਦੋਂ ਦਬਟਾ ਲਿਆ ਬਹੁਤ ਪਿਆਰਾ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਔਰ ਤੁਹਾਡੀ ਆਵਾਜ਼ ਦੇ ਵਿੱਚ ਇੱਕ ਕشش ਹੈ ਜੋ ਟਰੈਕਟ ਕਰਦੀ ਹੈ ਕਿ ਤੁਹਾਡੀ ਆਵਾਜ਼ ਨੂੰ ਸੁਣੀਏ ਤੁਸੀਂ ਕਦੋਂ ਗਾਉਣਾ ਸ਼ੁਰੂ ਕੀਤਾ ਮੈਂ ਬਚਪਨ ਤੋਂ ਹੀ ਗਾਣਾ ਸ਼ੁਰੂ ਕੀਤਾ ਵੈਸੇ ਤਾਂ ਜੇ ਸੋਚਿਆ ਜਾਂ ਇਹ ਕਿਹਾ ਜਾਵੇ ਤਾਂ 4th ਕਲਾਸ ਤੋਂ ਸੀ ਮੈਂ ਜਦੋਂ ਪਹਿਲੀ ਸਟੇਜ ਤੇ ਮੈਂ ਪਰਫਾਰਮ ਕੀਤਾ ਸੋ 4th ਕਲਾਸ ਤੋਂ ਇਹ ਮਤਲਬ ਜਿਹੜਾ ਸਿਲਸਿਲਾ ਹੈ ਹੁਣ ਤੱਕ ਚੱਲ ਰਿਹਾ ਪਹਿਲਾਂ ਤਾਂ ਮੇਰੇ ਪੇਰੈਂਟਸ ਨੂੰ ਪਤਾ ਨਹੀਂ ਸੀ ਕਿ ਇਹ ਗਾਉਂਦੀ ਹੈ ਉਹਨਾਂ ਨੂੰ ਐਸੀ ਵੀ ਤੋਤਲੀ ਜੀ ਆਵਾਜ਼ ਵਿੱਚ ਗਾਉਂਦੀ ਹੈ ਬਸ ਬਟ ਫਿਰ ਹੌਲੀ ਹੌਲੀ ਪਤਾ ਲੱਗਿਆ ਫਿਰ ਮੈਂ ਆਡੀਸ਼ਨਸ ਦੇਣੇ ਸਟਾਰਟ ਕੀਤੇ ਸੋ ਵੌਇਸ ਆਫ ਪੰਜਾਬ ਪੀਟੀਸੀ ਪੰਜਾਬੀ ਤੇ ਵੀ ਮੈਂ ਸੈਮੀ ਫਾਈਨਲਿਸਟ ਰਹਿ ਚੁੱਕੀ ਹਾਂ ਤੇ ਜਦੋਂ ਉਸ ਸਟੇਜ ਤੇ ਗਾਇਆ ਤਾਂ ਫਿਰ ਮੇਰੇ ਪੇਰੈਂਟਸ ਨੂੰ ਲੱਗਿਆ ਜਦੋਂ ਔਨ ਸਕਰੀਨ ਉਹਨਾਂ ਨੇ ਦੇਖਿਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇੰਨਾ ਅੱਛਾ ਗਾਉਂਦੀ ਹੈ ਸੋ ਇਹ ਬਚਪਨ ਤੋਂ ਹੀ ਚੱਲ ਰਿਹਾ ਸਿਲਸਿਲਾ ਸੋ ਮੈਂ ਮਤਲਬ ਆਪਣਾ ਜਿਹੜਾ ਕੈਰੀਅਰ ਆ ਇਹਦੇ ਵਿੱਚ ਹੀ ਮਤਲਬ ਬਣਾ ਬਣਾਉਣ ਦੀ ਕੋਸ਼ਿਸ਼ ਚਾ ਤੁਸੀਂ ਸਕੂਲ ਦੇ ਵਿੱਚ ਅਧਿਆਪਕ ਹੋ ਤੇ ਨਾਲ ਨਾਲ ਤੁਸੀਂ ਗਾਇਕੀ ਦਾ ਪ੍ਰੋਫੈਸ਼ਨ ਵੀ ਰੱਖਿਆ ਹੋਇਆ ਹੈ ਹਾਂਜੀ ਦੋਨਾਂ ਚ ਮੈਨੇਜਮੈਂਟ ਕਰਨ ਚ ਮੁਸ਼ਕਿਲ ਨਹੀਂ ਆਉਂਦੀ ਫਿਰ ਹਾਂਜੀ ਮੁਸ਼ਕਿਲ ਤਾਂ ਆਉਂਦੀ ਹੈ ਬਟ ਫਿਰ ਵੀ ਮੈਨੇਜ ਕਰਨਾ ਵੀ ਪੈਂਦਾ ਔਰ ਕਰਨਾ ਵੀ ਚਾਹੀਦਾ ਸੋ ਕਰੀ ਜਾ ਰਹੀ ਹੈ ਮੈਨੇਜ ਘਰ ਨੂੰ ਵੀ ਮੈਨੇਜ ਕਰਨਾ ਕੈਰੀਅਰ ਵੀ ਦੇਖਣਾ ਸਕੂਲ ਵੀ ਦੇਖਣਾ ਸਕੂਲ ਚ ਐਕਚੁਅਲੀ ਮੈਨੂੰ ਵਧੀਆ ਲੱਗਦਾ ਜਦੋਂ ਆਪਾਂ ਬੱਚਿਆਂ ਨੂੰ ਵੀ ਆਪਣੀ ਜੋ ਆਪਾਂ ਆਪਣੇ ਅਧਿਆਪਕਾਂ ਤੋਂ ਸਿੱਖਿਆ ਜਾਂ ਟੀਚਰਸ ਤੋਂ ਸਿੱਖਿਆ ਉਹ ਅੱਗੇ ਸਿਖਾਈਏ ਆਪਣਾ ਗਿਆਨ ਵੰਡੀਏ ਤਾਂ ਗਿਆਨ ਵੱਧਦਾ ਹੈ ਇਸ ਕਰਕੇ ਮੈਂ ਇਹ ਵੀ profession ਚੂਸ ਕੀਤਾ ਅਕਸਰ ਆਪਾਂ ਦੇਖਦੇ ਆਂ ਪ੍ਰੀਤ ਕੇ ਜਦੋਂ ਸਿੰਗਿੰਗ ਕੈਰੀਅਰ ਸ਼ੁਰੂ ਕਰਦੇ ਆਂ ਤਾਂ ਐਜ਼ ਅ ਸਿੰਗਰ ਤੁਹਾਡਾ ਕੋਈ ਗੋਟ ਫਾਦਰ ਜਾਂ ਤੁਹਾਡਾ ਗੁਰੂ ਜ਼ਰੂਰ ਹੁੰਦਾ ਤੁਹਾਡਾ ਕੋਣ ਹੈ ਮੈਂ ਇਹ ਕਹਿ ਸਕਦੀ ਹਾਂ ਮੈਂ ਹਮੇਸ਼ਾ ਇਹੀ ਕਹਿਣੀ ਹੁੰਦੀ ਆ ਕਿ ਮੈਂ ਕੋਈ ਇੱਕ ਗੁਰੂ ਨਹੀਂ ਧਾਰਿਆ ਜਿਵੇਂ ਕਹਿ ਸਕਦੇ ਆ ਕਿ ਇਕੱਠੇ ਕੀਤੇ ਨੇ ਫੁੱਲ ਔਰ ਫੁੱਲਾਂ ਨੂੰ ਇਕੱਠਾ ਕਰਕੇ ਗੁਲਦਸਤਾ ਤਿਆਰ ਕੀਤਾ ਕਹਿ ਸਕਦੇ ਆ ਕਿ ਕਿਸੇ ਤੋਂ ਗੁਣ ਲਿਆ ਕਿਸੇ ਅਧਿਆਪਕ ਤੋਂ ਗੁਣ ਲਿਆ ਜਿਵੇਂ ਕਹਿਦੀ ਆ ਕਿ ਸਕੂਲ ਦੇ ਵਿੱਚ ਮੇਰੇ ਟੀਚਰ ਰਹ ਚੁੱਕੇ ਨੇ ਹਰਪ੍ਰੀਤ ਕੌਰ ਜੀ ਬਹੁਤ ਸੋਹਣਾ ਹੁਣ ਵੀ ਗਾਉਂਦੇ ਨੇ ਉਹ ਸਿਖਾਉਂਦੇ ਨੇ ਹਨਾ ਸੋ ਉਸ ਤੋਂ ਬਾਅਦ ਕਾਲਜੇਸ ਦੇ ਵਿੱਚ ਮੇਰੇ ਟੀਚਰ ਰਹ ਚੁੱਕੇ ਨੇ ਫਿਰ ਯੂਨੀਵਰਸਿਟੀ ਲੈਵਲ ਤੇ ਟੀਚਰਸ ਪਰਟੀਕুলਰ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦੀ ਬਟ ਮੇਰੇ ਦਿਲ ਦੇ ਵਿੱਚ ਉਹਨਾਂ ਲਈ ਬਹੁਤ ਰਿਸਪੈਕਟ ਹੈ ਆਪਾਂ ਕਹਿ ਸਕਦੇ ਆ ਕਿ ਉਹਨਾਂ ਤੋਂ ਹੀ ਜੋ ਵੀ ਸਿੱਖਿਆ ਉਹਨਾਂ ਤੋਂ ਹੀ ਸਿੱਖਿਆ ਤੁਸੀਂ ਸੋਲੋ ਗਾਇਕੀ ਤਾਂ ਕਰਦੇ ਹੋ ਦੁਇਟ ਗਾਇਕੀ ਵੀ ਕੀਤੀ ਤੇ ਕਿਹਦੇ ਕਿਹਦੇ ਨਾਲ ਕੀਤੀ ਦੁਇਟ ਵਿੱਚ ਜਿਵੇਂ ਹੁਣ ਮੈਂ ਸੁਣਾਇਆ ਤੁਹਾਨੂੰ Song ਇੰਦਰਜੀਤ ਨਿੱਕੂ ਜੀ ਨਾਲ ਮੇਰੀ ਐਲਬਮ ਆਈ ਸੀਗੀ 2016 ਦੇ ਵਿੱਚ ਸੋ ਉਸ ਤੋਂ ਬਾਅਦ ਸੈਣੀ ਸੁਰਿੰਦਰ ਜੀ ਨਾਲ ਆਇਆ ਗਾਣਾ 1 2017 ਦੇ ਵਿੱਚ ਆਇਆ ਸੀ ਜਿਹੜਾ ਉਹ ਵੀ ਬਹੁਤ ਵਧੀਆ ਗਿਆ ਹਨਾ ਉਹ ਬੁਬਸ ਸੱਗੂ ਜੀ ਨੇ ਉਹ ਕੀਤਾ ਸੀਗਾ ਯੂਕੇ ਤੋਂ ਨੇ ਉਹ ਤੇ ਉਹ ਡੂਟ ਤੋਂ ਬਾਅਦ ਬਾਕੀ ਸਾਰੇ ਸਿੰਗਲ ਟਰੈਕਸ ਨੇ ਇੱਕ ਹੁਣੇ-ਹੁਣੇ ਲੇਟੈਸਟ ਸੁਣ ਰਹੇ ਆਂ ਆਪਾਂ ਬੁਲਟ ਕਿੰਗ ਜੀ ਹਰਜੀਤ ਜੀ ਨਾਲ ਕੀਤਾ ਜਿਹੜਾ ਉਹ ਵੀ ਡੂਇਟ ਜੋ ਤੁਸੀਂ ਸੁਰਿੰਦਰ ਸਾਨੀ ਦੇ ਨਾਲ ਗੀਤ ਗਾਇਆ ਟੂਟ ਕਾਈਕੀ ਕੀਤੀ ਉਹ ਗਾਣਾ ਸੁਣਾਓਗੇ ਹਾਂਜੀ ਜੇ ਤੇਰੀ ਮੇਰੇ ਉੱਤੇ ਅੜ ਗਈ ਗਰਾਰੀ ਹੋ ਦਿਲ ਮੈਂ ਵੀ ਤੇਰੇ ਤੋਂ ਹਾਰੀ ਤੂੰ ਬੜਾ ਹੀ ਸੁਨੱਖਾ ਲੱਗਦਾ ਤੂੰ ਬੜਾ ਹੀ ਸੁਨੱਖਾ ਲੱਗਦਾ ਲੱਗ ਗਈ ਲੱਗ ਇਸ਼ਕ ਬਿਮਾਰੀ ਤੂੰ ਥਾਰ ਜੇ ਪਥੱਲੇ ਰੱਖਦਾ ਤੂੰ ਥਾਰ ਜੇ ਪਥੱਲੇ ਰੱਖਦਾ ਰੋਬ ਬੱਕਰਾ ਤੇਰੇ ਮੁੱਛ ਰੱਖੇ ਚਾੜੀ ਹੋ ਜੱਟੀ ਤੇਰੇ ਉੱਤੇ ਮਰ ਗਈ ਉੱਤੇ ਮਰ ਗਈ ਉੱਤੇ ਮਰ ਗਈ ਮੇਰੇ ਨਾਲ ਕੀਤੇ ਕਰ ਜੀ ਨਾ ਮਾੜੀ ਹ ਜੱਟ ਤੇਰੇ ਉੱਤੇ ਮਾਰਗੀ ਮੇਰੇ ਨਾਲ ਕੀਤੇ ਕਰ ਜੀ ਨਾ ਮਾੜੀ ਹ ਜੱਟ ਤੇਰੇ ਉੱਤੇ ਮਾਰਗੀ ਹੋ ਮੇਰੇ ਨਾਲ ਕੀਤੇ ਕਰ ਜੀ ਨਾ ਮਾੜੀ ਹ ਜੱਟ ਤੇਰੇ ਉੱਤੇ ਮਾਰਗੀ ਵਾਹ ਜੀ ਵਾਹ ਬਹੁਤ ਪਿਆਰਾ ਗਾਇਆ ਤੇ ਇੱਕ ਲੇਟੈਸਟ ਤੁਹਾਡਾ Song ਆਇਆ ਉਸ ਦੇ ਵਿੱਚ ਬੁਲੇਟ ਵਗੈਰਾ ਨੂੰ ਲੈ ਕੇ ਕੋਸ਼ ਹੈ ਇਹ ਗੱਡੀਆਂ ਦੇ ਨਾਲ ਪਿਆਰੇ ਨੇ ਵੈਸੀ ਕਹਾਣੀ ਮਿਲ ਜਾਂਦੀ ਨੇ ਐਕਚੁਅਲੀ ਗਾਣੇ ਹੀ ਮਿਲ ਜਾਂਦੇ ਨੇ ਐਵੇਂ ਦਾ ਕੋਈ ਪਾਰਟਿਕੂਲਰ ਇਹ ਨਹੀਂ ਹੁੰਦਾ ਵੀ ਮੈਂ ਗੱਡੀਆਂ ਵਾਲੇ ਗਾਣੇ ਗਾਉਣੇ ਨੇ ਬਸ ਗਾਣੇ ਜਿਹੜੇ ਮਿਲ ਜਾਂਦੇ ਨੇ ਆਪਾਂ ਪ੍ਰੋਜੈਕਟ ਅਸੈਪਟ ਕਰ ਲਈਦੇ ਆ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਹਾਂਜੀ ਆਪਾਂ ਫੈਮਿਲੀ ਦੀ ਗੱਲ ਕਰੀਏ ਤਾਂ ਫੈਮਿਲੀ ਦੇ ਵਿੱਚ ਕੌਣ ਕੌਣ ਫੈਮਿਲੀ ਦੇ ਵਿੱਚ ਮੈਰਿਡ ਆ ਮੈਂ ਹਨਾ ਮੇਰੇ ਇਨ ਲਾਜ਼ ਨੇ ਹਸਬੰਡ ਨੇ ਮੇਰੀ ਛੋਟੀ ਬੇਟੀ ਹੈ ਔਰ ਮੇਰੇ ਦੀਦੀ ਰਹਿੰਦੇ ਨੇ ਸਾਡੇ ਨਾਲ ਔਰ ਅਗਰ ਪੇਕੇ ਘਰ ਦੀ ਗੱਲ ਕੀਤੀ ਜਾਵੇ ਤਾਂ ਫਾਦਰ ਮਦਰ ਮੇਰੀ ਸਿਸਟਰ ਔਰ ਮੇਰਾ ਬ੍ਰਦਰ ਹੈ ਓਕੇ ਜਿਸ ਤਰ੍ਹਾਂ ਸਿੰਗਿੰਗ ਤੁਸੀਂ 2015 ਦੇ ਵਿੱਚ ਸ਼ੁਰੂ ਕੀਤੀ ਪਰਫੈਸ਼ਨਲ ਤੌਰ ਤੇ ਗਾਣ ਗਏ ਮੂਵੀਜ਼ ਲਈ ਵੀ ਗਾਇਆ ਜਾਂ ਸਿਰਫ ਹਾਲੇ ਤੱਕ ਸੋਲੋ ਜਾਂ ਟੇਪਸ ਵਗੈਰਾ ਹੀ ਹੈ ਹਾਲੇ ਤੱਕ ਤਾਂ ਸੰਗਸ ਜਿਹੜੇ ਮਤਲਬ ਐਲਬम्स ਮਿਲ ਰਹੀਆਂ ਨੇ ਜਾਂ ਟੇਪਸ ਮਿਲ ਰਹੀਆਂ ਨੇ ਹਨ ਬਟ ਮੂਵੀਜ਼ ਦਾ ਹਜੇ ਕੋਈ ਆਫਰ ਨਹੀਂ ਆਇਆ ਬਟ ਐਕਚੁਅਲ ਚ ਮੇਰਾ ਜਿਹੜਾ ਸੁਪਨਾ ਆ ਉਹ ਇਹੀ ਆ ਕਿ ਮੈਂ ਬੈਕਗ੍ਰਾਉਂਡ ਜ਼ਿਆਦਾ ਗਾਵਾ ਮੂਵੀਜ਼ ਦੇ ਵਿੱਚ ਗਾਵਾ ਅਕਸਰ ਫਿਰ ਤਾਂ ਬਹੁਤ ਦੇਖਦੇ ਆ ਕਿ ਕੁੜੀਆਂ ਦੇ ਲਈ ਸਿੰਗਿੰਗ ਕੈਰੀਅਰ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਜਾਂ ਫਿਲਮ ਇੰਡਸਟਰੀ ਚ ਜਾਣਾ ਬੜੀਆਂ ਦਿੱਕਤਾਂ ਆਉਂਦੀਆਂ ਕਿ ਤੁਹਾਨੂੰ ਵੀ ਕਦੇ ਕੋਈ ਸਮੱਸਿਆ ਹੈ ਨੇ ਹਾਲੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਹੈ ਨਾ ਬਿਕੋਜ਼ ਪੈਰੈਂਟਸ ਵੀ ਮੇਰੇ ਬਹੁਤ ਜ਼ਿਆਦਾ ਸਪੋਰਟ ਕਰਦੇ ਤੇ ਹੁਣ ਹਸਬੰਡ ਵੀ ਬਹੁਤ ਸਪੋਰਟ ਕਰਦੇ ਇਨ-ਲॉज ਵੀ ਸਪੋਰਟ ਕਰਦੇ ਨੇ ਖਾਸ ਕਰਕੇ ਮੇਰੀ ਜਿਹੜੀ ਸਿਸਟਰ ਆ ਉਹ ਬਹੁਤ ਸਪੋਰਟ ਕਰਦੀ ਆ ਹੁਣ ਇੰਡੀਆ ਤਾਂ ਹੈ ਨਹੀਂ ਉਹ ਕੈਨੇਡਾ ਆ ਬਟ ਫਿਰ ਵੀ ਜਿਵੇਂ ਕੋਈ Song ਆਉਣਾ ਹੁੰਦਾ ਜਾਂ ਫਿਰ ਮੈਂ ਉਹਨਾਂ ਨੂੰ ਭੇਜ ਦਿੰਦੀ ਆ ਪਹਿਲਾਂ ਤਾਂ ਉਹ ਐਜ਼ ਅ ਵੈਲਵਿਸ਼ਰ ਮੈਨੂੰ ਮਤਲਬ ਟ੍ਰੀਟ ਕਰਦੀ ਆ ਕਿ ਨਹੀਂ ਇਹ ਵਧੀਆ ਨਹੀਂ ਹੈ ਗਾਣਾ ਨਹੀਂ ਕਰਨਾ ਯਾ ਮਤਲਬ ਬਹੁਤ ਸਪੋਰਟਿਵ ਐ ਹੋ ਇਹੀ ਸਪੋਰਟ ਹੁੰਦੀ ਆ ਕਿ ਜੋ ਮਤਲਬ ਸੱਚੀ ਗੱਲ ਐ ਉਹ ਮੂੰਹ ਤੇ ਕਹਿ ਦੇਣੀ ਇਹੀ ਸਪੋਰਟ ਹੁੰਦੀ ਐ ਅਸਲ ਤਾਂ ਮੇਰੇ ਅਕੋਰਡਿੰਗ ਤਾਂ ਉਹ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਬਾਕੀ ਮੇਰਾ ਚੰਗਾ ਬੁਰਾ ਹਸਬੰਡ ਦੱਸ ਦਿੰਦੇ ਨੇ ਕਿ ਇਹ ਚੀਜ਼ ਤੇਰੇ ਤੇ ਸੂਟ ਨਹੀਂ ਕਰਦੀ ਜਾਂ ਤੇਰੀ ਵੌਇਸ ਕੁਆਲਿਟੀ ਨੂੰ ਸੂਟ ਇਹ ਕਰੂਗੀ ਇਹ Song गा ਕੇ Facebook ਤੇ ਅਪਲੋਡ ਕਰ ਹਨਾ ਜਿਵੇਂ ਅੱਜ ਕੱਲ ਟ੍ਰੈਂਡ ਚੱਲ ਰਿਹਾ ਸਿੰਗਰਜ਼ ਅਪਲੋਡ ਕਰਦੇ ਨੇ ਕਵਰ Songਸ ਸੋ ਐਵੇਂ ਮਤਲਬ ਹਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਤਾਂ ਹੋਪ ਕਦੇ ਆਊਗੀ ਵੀ ਨਹੀਂ ਦਿੱਕਤ ਐਣੀ ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ ਮੈਨੂੰ ਵੈਸੇ ਤਾਂ ਆਰਟਿਸਟ ਜਿਹੜੇ ਨੇ ਉਹੀ ਚੰਗੇ ਲੱਗਦੇ ਨੇ ਜਿਹੜੇ ਰੂਹ ਨਾਲ ਗਾਉਂਦੇ ਨੇ ਹਰ ਆਰਟਿਸਟ ਮਿਹਨਤ ਕਰਦਾ ਹੈ ਨਾ ਆਪਾਂ ਐ ਨਹੀਂ ਕਹਿੰਦੇ ਕਿ ਮਿਹਨਤ ਨਹੀਂ ਕੋਈ ਕਰਦਾ ਸਾਰੇ ਆਰਟਿਸਟ ਆਪਣੀ ਆਪਣੀ ਮਿਹਨਤ ਕਰਕੇ ਆਪਣਾ ਆਪਣਾ ਜ਼ੋਰ ਲਾਉਂਦੇ ਨੇ ਕੋਈ ਫੋਕ ਗਾਉਂਦਾ ਕੋਈ ਰੋਮਾਂਟਿਕ ਗਾ ਲੰਦਾ ਕੋਈ ਬੀਟ ਗਾਉਂਦਾ ਜਿਹੜੇ ਆਰਟਿਸਟ ਰੂਹ ਨਾਲ ਗਾਉਂਦੇ ਨੇ ਮੈਨੂੰ ਉਹੀ ਪਸੰਦ ਨੇ ਤੇ ਜੇ ਪਰਟੀਕੂਲਰ ਆਪਾਂ ਕਿਸੇ ਦਾ ਨਾਮ ਲਈਏ ਤਾਂ ਫਿਰੋਜ਼ ਖਾਨ ਜੀ ਹੋਗੇ ਪ੍ਰਭ ਗਿਲ ਜੀ ਹੋਗੇ ਹੈਨਾ ਗੁਰਦਾਸ ਮਾਨ ਜੀ ਹੋਗੇ ਜੇ ਫੋਕ ਦੀ ਗੱਲ ਕਰੀਏ ਦਿਲਜੀਤ ਦਸਾਂਝ ਜੀ ਹੋਗੇ ਤਾਂ ਇਹ ਵਧੀਆ ਲੱਗਦੇ ਨੇ ਜੇ ਫੀਮੇਲ ਆਰਟਿਸਟ ਦੇਖੀ ਮਿਸ ਪੂਜਾ ਵਧੀਆ ਗਾਉਂਦੇ ਨੇ ਦੀਦੀ ਹਲਾ ਕਾਫੀ ਸੀਨੀਅਰ ਨੇ ਅੱਜ ਕੱਲ ਦੇ ਦੌਰ ਚ ਚੱਲ ਰਹੇ ਨੇ ਆਪਾਂ ਮੰਨਤ ਨੂਰ ਦੀਦੀ ਬਹੁਤ ਸੋਹਣਾ ਗਾਉਂਦੇ ਨੇ ਅਫਸਾਨਾ ਨੇ ਬਹੁਤ ਸਟਰਗਲ ਕੀਤਾ ਉਹ ਵੀ ਮੇਰੇ ਨਾਲ ਹੀ ਸੀ ਬਹੁਤ ਵਧੀਆ ਨਿਮਰਤ ਕੌਰ ਵੀ ਸਾਰੀਆਂ ਮਤਲਬ ਆਪਦੀ ਮਿਹਨਤ ਕਰ ਰਹੀਆਂ ਨੇ ਬਹੁਤ ਵਧੀਆ ਗਾ ਰਹੀਆਂ ਨੇ ਇਹ ਮੈਨੂੰ ਪਸੰਦ ਨੇ ਕੋਈ ਗਾਣਾ ਜੋ ਤੁਹਾਡੇ ਦਿਲ ਦੇ ਬੜਾ ਕਰੀਬ ਹੋਏ ਹਾਂਜੀ ਇੱਕ ਗੱਲ ਹੋਰ ਮੈਂ ਸੁਵਿੰਦਰ ਕੌਰ ਜੀ ਨੂੰ ਬਹੁਤ ਸੁਣਦੀ ਆ ਸੁਵਿੰਦਰ ਕੌਰ ਜੀ ਦੇ ਸੌਂਗਸ ਮੈਨੂੰ ਬਹੁਤ ਪਸੰਦ ਨੇ ਸੋ ਉਹਨਾਂ ਦੇ ਜਿੰਨੇ ਵੀ ਸੌਂਗਸ ਨੇ ਮੈਂ ਗਾਉਣਾ ਪਸੰਦ ਕਰਦੀ ਆ ਮੈਨੂੰ ਵਧੀਆ ਲੱਗਦੇ ਨੇ ਮਤਲਬ ਕੋਈ ਗਾਣਾ ਸੁਣਾਓਗੇ ਉਹਨਾਂ ਦਾ ਸੁਵਿੰਦਰ ਕੌਰ ਜੀ ਦਾ ਹੀ ਸੁਣਾ ਦਿੰਦੀ ਆ ਹੂੰ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁਠੜਾ ਜਾਂਦਾ ਮਈਆ ਰੁਠੜਾ ਜਾਂਦਾ ਮাইয়া ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਹਾਏ ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ ਰੁਠੜਾ ਜਾਂਦਾ ਮাইয়া ਰੁਠੜਾ ਜਾਂਦਾ ਮাইয়া ਵੇ ਅਸਾਂ ਗਲੇ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਹੁਤ ਵਧੀਆ ਤੇ ਆਪਾਂ ਜੀ ਸਿੰਗਿੰਗ ਦੀ ਗੱਲ ਕਰ ਰਹੇ ਹਾਂ ਤਾਂ ਅਕਸਰ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਜੋ ਵੀਡੀਓਜ਼ ਬਣਦੀਆਂ ਨੇ ਮਿਊਜ਼ਿਕ ਵੀਡੀਓਜ਼ ਬਣਦੀਆਂ ਨੇ ਉਹਨਾਂ ਦੇ ਵਿੱਚ ਖੂਨ ਖਰਾਬਾ ਜਾਂ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਜਾਂਦਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਐਕਚੁਅਲੀ ਹਰ ਇੱਕ ਚੀਜ਼ ਦੇ ਨਾ ਮੈਮ ਦੋ ਪੱਖ ਹੁੰਦੇ ਨੇ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਆਪਾਂ ਦੁਨੀਆ ਤੇ ਮਤਲਬ ਸਰਵਾਈਵ ਕਰਦੇ ਹਾਂ ਹਰ ਇੱਕ ਚੀਜ਼ ਦਾ ਜੇ ਆਪਾਂ ਨੂੰ ਲੱਗਦਾ ਕਿ ਕਿਸੇ ਵੀ ਚੀਜ਼ ਨੂੰ ਆਪਾਂ ਪੋਜ਼ਿਟਿਵ ਵੇ ਨਾਲ ਦੇਖੀ ਤਾਂ ਉਹ ਪੋਜ਼ਿਟਿਵ ਹੋਏਗੀ ਅਗਰ ਉਹਨੂੰ ਆਪਾਂ ਨੈਗੇਟਿਵ ਵੇ ਨਾਲ ਦੇਖੀ ਤਾਂ ਨੈਗੇਟਿਵ ਹੋਏਗੀ ਹਰ ਆਰਟਿਸਟ ਮਿਹਨਤ ਕਰ ਰਿਹਾ ਔਰ ਮੇਰੇ ਅਕੋਰਡਿੰਗਲੀ ਜੇ ਆਰਟਿਸਟ ਗਾਉਂਦਾ ਆ ਤਾਂ ਉਹ ਆਡੀਅנס ਦੇ ਅਕੋਰਡਿੰਗ ਹੀ ਗਾਉਂਦਾ ਆ ਜਾਂ ਲਿਖਦਾ ਆ ਬਟ ਹਾਂ ਇਹ ਵੀ ਗੱਲ ਹੈ ਕਿ ਵੈਲਪੁਣਾ ਜ਼ਿਆਦਾ ਵੱਧ ਗਿਆ ਹੈ ਮੈਂ ਇਹਨੂੰ ਪ੍ਰੋਮੋਟ ਨਹੀਂ ਕਰੂੰਗੀ ਮੈਂ ਇਹੀ ਕਹੂੰਗੀ ਕਿ ਇਹਨੂੰ ਘਟਾਇਆ ਜਾਵੇ ਜਾਂ ਖਤਮ ਕੀਤਾ ਜਾਵੇ ਵੀ ਮਿਊਜ਼ਿਕ ਇੱਕ ਸਾਧਨਾ ਆ ਉਹਨੂੰ ਉਹਦੇ ਅਕੋਰਡਿੰਗ ਹੀ ਲਿਆ ਜਾਵੇ ਹਨਾ ਬਟ ਅਗਰ ਆਡੀਅנס ਦੇ ਪੱਖ ਤੋਂ ਦੇਖੀਏ ਕਿ ਇਹ ਸਭ ਆਡੀਅנס ਦੇ ਹੱਥ 'ਚ ਹੀ ਹੁੰਦਾ ਲਾਈਬ੍ਰੇਰੀ ਦੇ ਵਿੱਚ ਕਿਤਾਬਾਂ ਪਈਆਂ ਨੇ ਅਸ਼ਲੀਲ ਵੀ ਹੋਣਗੀਆਂ ਤੇ ਵਧੀਆ ਵੀ ਹੋਣਗੀਆਂ ਗੁਰਬਾਣੀ ਵੀ ਹੋएगी ਤੇ ਉਹ ਆਪਣੇ ਹੱਥ ਦੇ ਵਿੱਚ ਆ ਕਿ ਆਪਾਂ ਗੁਰਬਾਣੀ ਪੜ੍ਹਨੀ ਆ ਜਾਂ ਅਸ਼ਲੀਲ ਕਿਤਾਬਾਂ ਪੜ੍ਹਨੀ ਆ ਸੋ ਇਹ ਆਡੀਅנס ਦੇ ਹੱਥ ਵਿੱਚ ਵੀ ਹੈ ਤੇ ਉਹ ਉਹਨਾਂ ਨੂੰ ਨਾ ਸੁਣਨ ਸਿਰਫ ਆਰਟਿਸਟ ਨੂੰ ਹੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਗਲਤ ਕਰ ਰਿਹਾ ਆ ਆਡੀਅנס ਦੇ ਹੱਥ ਵਿੱਚ ਵੀ ਉਹੀ ਉਹੀ ਗੱਲ ਕੀ ਪੋਜ਼ਿਟਿਵ 네ਗੇਟਿਵ ਹੈਨਾ ਆਰਟਿਸਟ ਦੇ ਹੱਥ ਵਿੱਚ ਵੀ ਹੈ ਕਿ ਇਸ ਨੂੰ ਰੋਕਿਆ ਵੀ ਜਾਵੇ ਔਰ ਆਡੀਅנס ਦੇ ਹੱਥ ਵਿੱਚ ਜ਼ਿਆਦਾ ਹੈ ਕਿ ਉਸ ਚੀਜ਼ ਨੂੰ ਨਾ ਸੁਣਿਆ ਜਾਵੇ ਨਵੇਂ ਪ੍ਰੋਜੈਕਟ ਕਿਹੜੇ ਰਹਿਣਗੇ ਤੁਹਾਡੇ ਨਵੇਂ ਪ੍ਰੋਜੈਕਟ ਹੈਗੇ ਨੇ ਭਿੰਦਰ ਖਾਨਪੁਰੀ ਜੀ ਨੇ ਰਾਈਟਰ ਉਹਨਾਂ ਨਾਲ ਮੈਂ ਪਹਿਲਾਂ ਵੀ ਸੌਂਗ ਕਰ ਚੁੱਕੀ ਆ ਜੋ ਯੂਕੇ ਦੀ ਕੰਪਨੀ ਤੋਂ ਲਾਂਚ ਹੋਇਆ ਸੀ ਸੋ ਉਹਨਾਂ ਨਾਲ ਦੋ ਤਿੰਨ ਪ੍ਰੋਜੈਕਟਸ ਕਰ ਰਹੀ ਆ ਇੱਕ ਜਿਨ੍ਹਾਂ ਨੇ ਗਰਾਰੀ ਸੌਂਗ ਕੀਤਾ ਸੀਗਾ ਸੇਮ ਐਜ਼ ਸੈਣੀ ਸੁਰਿੰਦਰ ਜੀ ਨਾਲ ਬੁੱਕਸ ਸਕੂ ਉਹਨਾਂ ਨਾਲ ਵੀ ਪ੍ਰੋਜੈਕਟ ਆ ਰਹੇ ਆ ਹੋਪ ਸੋ ਜਲਦੀ ਰਿਲੀਜ਼ ਹੋਣ ਕਿਸੇ ਨਵੇਂ ਗੀਤੀਆਂ ਤੋਂ ਲਾਈਨਅਪ ਹੋ ਸਕਣ ਨਵੇਂ ਗੀਤ ਦੀਆਂ ਤਾਂ ਵੈਸੇ ਐਕਚੁਅਲੀ ਅਲਾਉਡ ਵੀ ਨਹੀਂ ਕਰਦੇ ਉਹ ਹਨਾ ਬਿਕਾਜ਼ ਉਹਨਾਂ ਨੂੰ ਹਜੇ ਫਿਲਹਾਲ ਦੱਸਿਆ ਵੀ ਨਹੀਂ ਮੈਂ ਵੀ ਮੈਂ ਇੰਟਰਵਿਊ ਦੇ ਰਹੀ ਆ ਸੋ ਅਗਰ ਪਰਮਿਸ਼ਨ ਹੁੰਦੀ ਤਾਂ ਮੈਂ ਜ਼ਰੂਰ ਸੁਣਾਉਂਦੀ ਹਾਂਜੀ ਇੱਕ ਤੁਹਾਡਾ ਲਿਸਟ ਲੇਟੈਸਟ ਵੀ ਗੀਤ ਆ ਹਾਂਜੀ ਉਸ ਦੇ ਬਾਅਦ ਹੂੰ ਹੋ ਜਾਂਦਾ ਜਦ ਰੋੜੀ ਉੱਤੇ ਪੈਂਦੀ ਬੜੀ ਧੂੜ ਜਾਵੇ ਦੁਗ ਦੁਗ ਦੀ ਆਵਾਜ਼ ਬੜੀ ਦੂਰ ਚੰਦਾ ਜੋ ਦਰੋੜੀ ਉੱਤੇ ਪੈਂਦੀ ਬੜੀ ਧੂੜ ਚਾਵੇ ਦੁੱਗ ਦੁੱਗ ਦੀ ਆਵਾਜ਼ ਬੜੀ ਦੂਰ ਸੱਚ ਕਹਿ ਤਾ ਭਾਵੇਂ ਸਮਝ ਲੈ ਤਾ ਨਾ ਚੁਬਰਾ ਫਿਰ ਕੋਲਿਆ ਬੁਲਟ ਇਹਨੂੰ ਕੌਣ ਪੁੱਛਦਾ ਵਿਕਾਰਾਂ ਮਹਿੰਗੀਆਂ ਦਾ ਆ ਗਿਆ ਜ਼ਮਾਨਾ ਚੁਬਰਾ ਕੋਲਿਆ ਬੁਲੇਟ ਨੂੰ ਕੌਣ ਪੁੱਛਦਾ ਵਿਕਾਰਾ ਮਹਿੰਗੀਆਂ ਦਾ ਆ ਗਿਆ ਜ਼ਮਾਨਾ ਚੋਬਰਾ ਵਾਜੀ ਵਾ ਬਹੁਤ ਵਧੀਆ ਗਾਉਂਦੇ ਨੇ ਬਹੁਤ ਸੋਹਣੀ ਇਹਨਾਂ ਦੀ ਆਵਾਜ਼ ਹੈ ਸੋਲੋ ਗਾਇਕੀ ਦੇ ਨਾਲ ਨਾਲ ਟੂਅਟ ਗਾਇਕੀ ਵੀ ਕਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਵੇਂ ਗੀਤ ਨੇ ਜਿਹੜੇ ਤੁਹਾਡੇ ਕੰਨਾਂ ਪੈਣਗੇ ਅਸੀਂ ਅਰਦਾਸ ਕਰਾਂਗੇ ਨਾ ਦੁਆ ਕਰਾਂਗੇ ਕਿ ਇਹਨਾਂ ਨੂੰ ਸਫਲਤਾ ਮਿਲੇ ਅੱਲਾਹ ਤਾਲਾ ਇਹਨਾਂ ਨੂੰ ਸ਼ਿਫਾ ਬਖਸ਼ੇ ਤੇ ਕਾਮਯਾਬੀ ਦੀਆਂ ਸਿਖਰਾਂ ਛੋਣ ਕੈਮਰਾਮੈਨ ਪ੍ਰਵਿੰਦਰ ਦੇ ਨਾਲ ਮੈਂ ਜਸਮੀਤ ਕੋ ਡੇਲੀ ਪੋਸਟ ਪੰਜਾਬੀ ਮਾਨਸਾ